ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਠਾਨਕੋਟ ਪੁਲਿਸ ਅਲਰਟ 'ਤੇ। ਬੀਤੇ ਦਿਨੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੋਂ ਪੂਜਾ ਐਕਸਪ੍ਰੈਸ 'ਚੋਂ 6 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਠਾਨਕੋਟ ਪੁਲਿਸ ਅਲਰਟ ਹੋ ਗਈ ਹੈ, ਜਿਸ ਨੂੰ ਲੈ ਕੇ ਪਠਾਨਕੋਟ ਸਿਟੀ ਅਤੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਟ੍ਰੇਨਾਂ ਦੀ ਚੈਕਿੰਗ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਿਵੇਂ ਹੀ ਸਟੇਸ਼ਨ 'ਤੇ ਕੋਈ ਟ੍ਰੇਨ ਆ ਕੇ ਰੁਕਦੀ ਹੈ ਤਾਂ ਟੀਮਾਂ ਵੱਲੋਂ ਟ੍ਰੇਨ ਦੀ ਚੈਕਿੰਗ ਕੀਤੀ ਜਾਂਦੀ ਹੈ, ਜਦਕਿ ਸ਼ੱਕ ਪੈਣ 'ਤੇ ਸਵਾਰੀਆਂ ਦੇ ਆਈਡੀ ਪਰੂਫ ਵੀ ਚੈੱਕ ਕੀਤੇ ਜਾ ਰਹੇ ਹਨ। ਇਸ ਸੰਬੰਧੀ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਟ੍ਰੇਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਗੱਡੀ ਪੂਜਾ ਐਕਸਪ੍ਰੈਸ ਚੈੱਕ ਕੀਤੀ ਹੈ, ਉਹਦੇ ਵਿੱਚ ਸ਼ੱਕੀ ਬੰਦੇ ਉਤਾਰੇ ਸੀਗੇ, ਉਹ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਗੱਡੀ 'ਚ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜੀ ਵੀ ਗੱਡੀ ਰਸ਼ਾ 'ਤੇ ਆ ਰਹੀ ਹੈ ਉਹਨੇ ਹਰ ਤਰੀਕੇ ਦੇ ਨਾਲ ਤਰੀਕੇ ਨਾਲ ਚੈਕਿੰਗ ਕਰ ਰਹੇ ਹਾਂ। ਹੁਣ ਇਸ ਤੋਂ ਪਹਿਲੇ DM ਨੂੰ ਗੱਡੀ ਆਈ ਸੀਗੀ, ਉਹ ਵੀ ਚੈੱਕ ਕੀਤੀ ਆ, ਉਹ ਗੱਡੀ ਅੰਮ੍ਰਿਤਸਰ ਨੂੰ ਗਈ ਆ। ਹੁਣ ਟਾਟਾ ਮੋਹਰੀ ਆਈ ਆ, ਇਹ ਜੰਮੂ ਆ ਰਹੀ ਆ, ਇਹਦੇ ਵਿੱਚ ਸਵਾਰੀਆਂ ਚੈਕਿੰਗ ਕੀਤੀ ਜਾ ਰਹੀ ਆ। ਅਫਸਰਾਂ ਵੱਲੋਂ ਇਹ ਵੀ ਹਦਾਇਤਾਂ ਹੈਗੀਆਂ ਵੀ ਜਿੰਨੀਆਂ ਵੀ ਗੱਡੀਆਂ ਰੇਲਵੇ ਸਟੇਸ਼ਨ 'ਤੇ ਆਉਂਦੀਆਂ ਸਾਰੀਆਂ ਗੱਡੀਆਂ ਆਉਣ ਜਾਣ ਵਾਲੀਆਂ ਚੈੱਕਿੰਗ ਬਰੀਕੀ ਨਾਲ ਕੀਤੀ ਜਾਵੇ ਤਾਂ ਜੋ ਕੋਈ ਆਰਮ ਸਿੱਖਾ ਖਾਮ ਘਟਨਾ ਨਾ ਵਾਪਰ ਸਕੇ।